ਸਰ ਤੁਸੀਂ ਦੱਸੋ ਵੀ ਕਲੋਨੀ ਤੋਂ ਬਾਹਰ ਇੱਕ ਝਗੜਾ ਹੋਇਆ ਸੀ ਦਾਤਾ ਕਿਰਪਾਨਾ ਲੈ ਕੇ ਨੌਜਵਾਨ ਆਏ ਸੀ। ਅੱਜ ਸੰਧੂ ਕਲੋਨੀ ਦੇ ਬਾਹਰ ਕੋਈ ਮਕੈਨਿਕ ਦੀਆਂ ਦੁਕਾਨਾਂ ਨੇ, ਉੱਥੇ ਕੋਈ ਦੋ ਮੁੰਡੇ ਆਪਸ 'ਚ ਕੰਮ ਕਰਦੇ ਸੀ, ਰਿਸ਼ਤੇਦਾਰ ਸੀ। ਲੜਕੀ ਤੋਂ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ। ਪਹਿਲੇ ਇੱਕ ਮੁੰਡੇ ਨੇ ਦੂਜੇ ਮੁੰਡੇ ਦੇ ਕਿਤੇ ਚਪੇੜਾਂ ਚਪੂੜਾਂ ਮਰਵਾਈਆਂ, ਮੁੜ ਕੇ ਫਿਰ ਦੂਸਰਾ ਬੰਦਾ ਵੀ ਜਿਹੜਾ ਸੀ ਉਹ ਬੰਦੇ ਬੁੰਦੇ ਲੈ ਕੇ ਆ ਗਿਆ, ਪਰ ਜਿਹਦੇ ਨਾਲ ਝਗੜਾ ਹੋਇਆ ਸੀ ਉੱਥੋਂ ਜਾ ਚੁੱਕਾ ਸੀ। ਅਤੇ ਮਾਰਕੀਟ ਵਾਲਿਆਂ ਨੇ ਇੱਕ ਦਰਖਾਸਤ ਦਿੱਤੀ ਆ ਵੀ ਦਾਤਰ ਲੈ ਕੇ ਮੁੰਡੇ ਇੱਥੇ ਘੁੰਮਦੇ ਰਹੇ ਨੇ, ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ। ਦੋਨਾਂ ਪਾਰਟੀਆਂ ਨੇ ਦਰਖਾਸਤਾਂ ਜਿਹੜੀਆਂ ਦੇਤੀਆਂ ਵਾ, ਇਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਜਾਏਗੀ ਅਤੇ ਇਹਨਾਂ ਦੇ ਉੱਤੇ ਜਿਹੜੀ ਆ ਜੋ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਰ ਕੋਈ ਗ੍ਰਿਫਤਾਰੀ ਹੋਈ ਹਜੇ ਤੱਕ? ਨਹੀਂ, ਅਜੇ ਕੋਈ ਨਹੀਂ, ਅਜੇ ਤਾਂ ਸਿਰਫ ਦਰਖਾਸਤ ਦੇਣ ਵਾਲਾ ਹੀ ਆਇਆ ਵਾ। ਅਤੇ ਗਾਂਹ ਇਹਨਾਂ ਨੂੰ ਜਿਹੜੇ ਇਹਨਾਂ ਨੇ ਗਾਂਹ ਮੁੰਡੇ ਬੁਲਾਏ ਦੇ ਸੀ ਉਹਨਾਂ ਨੂੰ ਬੁਲਾ ਕੇ ਅਤੇ ਫਿਰ ਅਗਲੀ ਕਾਰਵਾਈ ਜਿਹੜੀ ਅਮਲ 'ਚ ਲਿਆਵਾਂਗੇ। ਸਰ ਤੁਸੀਂ ਸੰਧੂ ਕਲੋਨੀ ਦੇ ਬਾਹਰ ਇੱਕ ਝਗੜਾ ਹੋਇਆ ਸੀ ਦਾਤਾ ਕਿਰਪਾਨਾ ਲੈ ਕੇ ਕੁਝ ਨੌਜਵਾਨ ਆਏ ਸੀ। ਅੱਜ ਸੰਧੂ ਕਲੋਨੀ ਦੇ ਬਾਹਰ ਕੋਈ ਮਕੈਨਿਕ ਦੀਆਂ ਦੁਕਾਨਾਂ ਨੇ, ਉੱਥੇ ਕੋਈ ਦੋ ਮੁੰਡੇ ਆਪਸ 'ਚ ਕੰਮ ਕਰਦੇ ਸੀ, ਰਿਸ਼ਤੇਦਾਰ ਸੀ। ਲੜਕੀ ਤੋਂ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ। ਪਹਿਲੇ ਇੱਕ ਮੁੰਡੇ ਨੇ ਦੂਜੇ ਮੁੰਡੇ ਦੇ ਕਿਤੇ ਚਪੇੜਾਂ ਚਪੂੜਾਂ ਮਰਵਾਈਆਂ, ਮੁੜ ਕੇ ਫਿਰ ਦੂਸਰਾ ਬੰਦਾ ਵੀ ਜਿਹੜਾ ਸੀ ਉਹ ਬੰਦੇ ਬੁੰਦੇ ਲੈ ਕੇ ਆ ਗਿਆ, ਪਰ ਜਿਹਦੇ ਨਾਲ ਝਗੜਾ ਹੋਇਆ ਸੀ ਉੱਥੋਂ ਜਾ ਚੁੱਕਾ ਸੀ। ਅਤੇ ਮਾਰਕੀਟ ਵਾਲਿਆਂ ਨੇ ਇੱਕ ਦਰਖਾਸਤ ਦਿੱਤੀ ਆ ਵੀ ਦਾਤਰ ਲੈ ਕੇ ਮੁੰਡੇ ਇੱਥੇ ਘੁੰਮਦੇ ਰਹੇ ਨੇ, ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ। ਦੋਨਾਂ ਪਾਰਟੀਆਂ ਨੇ ਦਰਖਾਸਤਾਂ ਜਿਹੜੀਆਂ ਦੇਤੀਆਂ ਵਾ, ਇਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਜਾਏਗੀ ਅਤੇ ਇਹਨਾਂ ਦੇ ਉੱਤੇ ਜਿਹੜੀ ਆ ਜੋ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਰ ਕੋਈ ਗ੍ਰਿਫਤਾਰੀ ਹੋਈ ਹਜੇ ਤੱਕ? ਨਹੀਂ, ਅਜੇ ਕੋਈ ਨਹੀਂ, ਅਜੇ ਤਾਂ ਸਿਰਫ ਦਰਖਾਸਤ ਦੇਣ ਵਾਲਾ ਹੀ ਆਇਆ ਵਾ। ਅਤੇ ਗਾਂਹ ਇਹਨਾਂ ਨੂੰ ਜਿਹੜੇ ਇਹਨਾਂ ਨੇ ਗਾਂਹ ਮੁੰਡੇ ਬੁਲਾਏ ਦੇ ਸੀ ਉਹਨਾਂ ਨੂੰ ਬੁਲਾ ਕੇ ਅਤੇ ਫਿਰ ਅਗਲੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ।